ਕਾਨ ਤੇ ਰਹੀ ਵੀ ਜੋ ਤੇ ਗੱਲ ਵੀ ਫੜ ਲਈ ਜਦੋਂ ਮੇਰੇ ਸੂਟ ਸੀ ਨਾ ਗੱਲ ਕਾਨ ਕੱਢ ਲਈ ਜੇ ਤੂੰ ਕਰਦੇ ਵੀ ਇਦਾਂ ਨਹੀਂ ਜਿਹਦਾ ਸੂਟ ਵੜਦਾ ਇਹ ਚ ਕਾਂਸਰ ਹੀ ਮੇਰਾ ਕੀ ਸੂਟ ਬਣ ਲਿਆ ਹਾਂ ਜਿਹੜਾ ਕੋਹ ਤਾਂ ਚੜਿਆ ਨਾ ਸੂਟ ਬਣ ਲਿਆ ਤੂੰ ਬਣਾ ਕੇ ਦੇਣ ਲੱਗੀ ਆ ਬਣਾ ਦੀ ਫਿਰ ਪੈਂਟ ਲਈ ਇੱਕ ਫਾਰਮਲ ਜੀਨੀਆਂ ਮੇਰੇ ਕੋਲ ਹੈਗਾ ਤੇ ਕਮੀਜ਼ ਲਈ ਟੀ-ਸ਼ਰਟਾਂ ਮੇਰੇ ਕੋਲ ਹੈਗਾ हेलो जी सारा सत श्रीकाल दे यूट्यूब चैनल ते तुहाडा स्वागत करदे आं उम्मीद करदे आं तुसी सारे जने ही बहुत ही वधिया होवोगे ते अज अही सदना कवल हुणां नूं चाह वास्ती ते उहनां नाल जाणा अज अपने पहले दिन नानके ते उह रेडी होंदे आ उहनां बस थोड़ी देर नूं निकलना मासी जी आए हे मैं उहनां नूं कहा मासी नूं रस्ते छड्ड जिओ ते उहनां ने गाड़ी अपने सहुरे जाणा वीर जी ने ते कवल आउट पहले दिन अपने मुंडे नूं लै के नाल चली आ ते आपां उहनां वेट करदे आं कि उह कदों जांदे आ फिर उन्हें चलो जितने तरह शाम आए ना फिर अपन उन्हें चाह ते बुलावा की जरूर तीज ते आज आज चले ही तो नान के चले तीज मुंह में शक्य कवर कर रहा था सारे ने मैचिंग की थी मेरे ओन समझ लग गई क्या प्यो ही है नहीं आड़ी आप प्यो ही मैचिंग ग्रामा तू ही चले आए ताहे दे दे ना सत्ता के नसों लग गए तीन दी आशा कल कवर सूट मंगन दी अपनी मम्मी ने कह दी छेती लैके आए हुए नाल दा लैके सोना लगन दे पाया वे गोटे छोटे लैस लौने घट नौने फीके पाए गुड़े पाए छेती आए ना ती कि बजे आना भैंड पछाने जा मैं कौन लगे तेरे वाल वध के बड़ी खुश हुई आहो देसी घ्यो लाया कर वो सुता कोई पता नहीं करे मैं कहते चले थोड़ा व्डा गा फिर जा चीजिया मैं क्या करूंगा ने टोर मारी पूरी सहरे जाना ता पग बधी कभी पग नहीं बधी अज दो मैचिंग की साढ़े वाले वेख के मेरा जी कर रही ना धती रह गई सूट बिच कर लगा अपना एक घड़ी दवाइया लानी हाँ जी सत श्रीकाल जी मैं पहुंच चुका घर ते मोटो पानी लैके आ गई तेन एक काम दिता ही कल परसों का वाई फाई लवाने कोई काम नहीं घर भी वेले बैठे कोई काम ही कर लिए ਲੈ ਗਏ ਕਦੀ ਕਚੋਰੀ ਆਪਣੇ ਖਾਣ ਲਈ ਮੈਨੂੰ ਕਚੋਰੀ ਪਸੰਦ ਆ ਇਹਨਾਂ ਲਈ ਸਮੋਸੇ ਵੇਖਦੇ ਆ ਕਿ ਮਦੀਵਾ ਕਚੋਰੀ ਲੈ ਗਿਆ ਮੈਨੂੰ ਪਾ ਕੇ ਦੇ ਤੂੰ ਕੀ ਬਣਾਉਣ ਦੀ ਪਕੌੜੇ ਬਣਾਉਣ ਲੱਗੀ ਤਾਂ ਲੈ ਕਰਾਂ ਨਹੀਂ ਮੈਂ ਕਚੋਰੀ ਖਾਣੀ ਆ ਤੂੰ ਕੜੀ ਬਣਾ ਲੈ ਇਹਨਾਂ ਪਕੌੜਿਆਂ ਦੀ ਕੜੀ ਬਣਾਉਣ ਲੱਗੀ ਆ ਤਾਂ ਨਹੀਂ ਮੈਨੂੰ ਪਹਿਲਾਂ ਪਤਾ ਸੀ ਚੱਲਿਆ ਦੇ ਮੈਨੂੰ ਕਚੋਰੀ ਪਾ ਕੇ ਦੇ ਬਹੁਤ ਵਧੀਆ ਲੱਗਦੀ ਮੈਨੂੰ ਮੇਰੀ ਘਰ ਰੱਖੀ ਨੀ ਅੱਧੀ ਪੀਲੀ ਕਹਿ ਬੰਬ ਡੈਡੀ ਕੋਲ ਮੰਗਵਾਈ ਐਕਟਿਵਾ ਚ ਮੈਂ ਰੱਖੀ ਮੈਨੂੰ ਚੇਤਾ ਭੁੱਲ ਗਿਆ ਪੀਣ ਦਾ ਡੈਡੀ ਨੇ ਕੱਢ ਕੇ ਫਰਿੱਜ ਚ ਰੱਖ ਦਿੱਤੀ ਤੇ ਤੂੰ ਅੱਧੀ ਮੇਰੀ ਪੀਲੀ ਆ ਤੇ ਉਲਟਾ ਮੈਨੂੰ ਕਹਿ ਨੀ ਧਰ ਲਈ ਰੱਖੀ ਮੰਮੀ ਨੇ ਪੀਤੀ ਮੈਂ ਜ਼ਿਆਦਾ ਸਿਆਣੇ ਨਹੀਂ ਬਣਨਾ ਆਹ ਪਕੌੜੇ ਖਾ ਫਿਰ ਮੈਂ ਤੂੰ ਤੇ ਕੜੀ ਚ ਪਾਉਣੇ ਆ ਕੜੀ ਚ ਕੀ ਇਦਾਂ ਖਾਦੇ ਨਹੀਂ ਹੁੰਦੇ ਥੈਂਕ ਯੂ ਤੈਨੂੰ ਪਤਾ ਸਹੀ ਲੰਬਾਈ ਸਾਹ ਲੱਗਾ ਕਿ ਕੱਪੜੇ ਸਾਰੇ ਪ੍ਰੈਸ ਕਰਕੇ ਪੱਗਾਂ ਇਹਨੀਆਂ ਐ ਸਵਾਰ ਕੇ ਰੱਖਦੇ ਆ ਚਲੋ ਚੰਗਾ ਕੀਤਾ ਇਹਨਾਂ ਖਲਾਰਾ ਬਾਈ ਜੇ ਕਿਤੇ ਹੁਣ ਨੂੰ ਹਫਤਾ ਕਰ ਦੇ ਗਿਆ ਨਾ ਖਲਾਰਾ ਫਿਰ ਤਾਂ ਉਹ ਕਿੰਨੀਆਂ ਸਾਰਾ ਕੁਝ ਐਨ ਕਾਉਣ ਕੋ ਸੁੱਟੀਆਂ ਆਈ ਘੜੀਆਂ ਤੇ ਉਹ ਕੀ ਆਖਦੇ ਖਲਾਰਾ ਕੋਲ ਪਤਾ ਮੈਂ ਇੱਕੋ ਜਿਹੜਾ ਸਾਡੇ ਘਰ ਛੇ ਹੈਗਾ ਤੇ ਮਾਸੀ ਆਈ ਨਹੀਂ ਉਹਨੇ ਪਾਇਆ ਤੂੰ ਸੰਭਣ ਵਾਲੀ ਨਹੀਂ ਮੈਂ ਨਹੀਂ ਸੰਭਦੀ ਨਾ ਤੈਨੂੰ ਮੈਂ ਜਾਣਦਾ ਨਹੀਂ ਮੈਂ ਤਾਂ ਨਹੀਂ ਜਾਣਦੀ ਤਿੰਨ ਸਾਲ ਹੋ ਗਏ ਚਾਰ ਤੇਰੇ ਨਾਲ ਰਹਿਣ ਦੇ ਨੂੰ ਪਤਾ ਮੈਨੂੰ ਦਲਿੱਦਰ ਕਿੱਡੀ ਵੱਡੀ ਨੂੰ ਭਾਈ ਵੇਲਾ ਵੇਲੇ ਬੰਦੇ ਦੀ ਕੋਈ ਜ਼ਿੰਦਗੀ ਜਿੱਦ ਇਧਰ ਹੁੰਦਾ ਗੱਲ ਕਰ ਜਦੋਂ ਇਧਰ ਹੁੰਦਾ ਗੱਲ ਕਰਦਾ ਫਿਰ ਦੱਸੋ ਪਤਾ ਚੱਕੀ ਜਾਏ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਪ੍ਰਾਹੁਣੇ ਆ ਗਏ ਆ ਗਏ ਕਿ ਪ੍ਰਾਹੁਣੇ ਆ ਗਏ ਜੀ ਪ੍ਰਾਹੁਣੇ ਆ ਗਏ ਪੋਣੇ ਲੋਣ ਬਾਕੀ ਕੋ ਲੈਂਦੇ ਆ ਆ ਗਏ ਬਾਕੀ कंबाइन वेखन डिया
ਕੰਬੈਣਾ ਇੱਥੇ ਕੰਬੈਣਾ ਹੀ ਰਹਿਣੀਆਂ ਹੁਣ ਇੱਥੇ ਹੁਣ ਸਾਰੀਆਂ ਕਣਕਾਂ ਵੱਢਣ ਦਾ ਸੀਜ਼ਨ ਆ ਗਿਆ ਕੰਬੈਣਾ ਹੀ ਕੰਬੈਣਾ ਪ੍ਰਾਹੁਣੇ ਬੜੀ ਦੂਰੋਂ ਚੱਲ ਕੇ ਆਏ ਇਹਨਾਂ ਗਰਮ ਪਾਣੀ ਇਹਨਾਂ ਨੂੰ ਗਰਮ ਪਾਣੀ ਦੇ ਲੂਣ ਪਾ ਕੇ ਤੇ ਕਿਤੇ ਪੈਰ ਪੂਰ ਨਾ ਥੱਕ ਗਏ ਹੁਣ ਇਹਨਾਂ ਦੇ ਆ ਗਏ ਜੀ ਇਹਦਾ ਵਾਂਡਾ ਵੇਖਿਆ ਕਿਉਂ ਚਿਰ ਹੋ ਗਿਆ ਗਿਆ ਨੂੰ ਕਿਤੇ ਨਾ ਮੈਂ ਨੀ ਖਾਣਾ ਪੁਰਾਣੇ ਦੇ ਲੇਟ ਹੋ ਗਏ ਤੇ ਅਸੀਂ ਹੁਣ ਕਵਰ ਕਿੱਧਰ ਗਈ ਨਹੀਂ ਨਹੀਂ ਸਾਰੇ ਖਾ ਲੈਣੇ ਆ ਮੰਮੀ ਖਾਣਾ ਤੇ ਕੋਈ ਵੀ ਕੀ ਕਚੋਰੀ ਉਹ ਇਕੱਠਾ ਹੋ ਗਿਆ ਵਿਚਾਰਾ ਦਿਓਰ ਇਕੱਠਾ ਹੋ ਗਿਆ ਡਰਦਾ ਹੀ ਕਰਾਲੀ ਗ੍ਰਹਿਬਤ ਕਰਾਲੀ ਵੀ ਨਿਆਣੇ ਨੂੰ ਇੱਕ ਮਸ਼ੀਨ ਚਾਹੀਦੀ ਹਿੱਲੇ ਪੈਰ ਹਿਲਾਈ ਆ ਨਹੀਂ ਤੇ ਰੋਂਦੇ ਰਹਿੰਦੇ ਮੇਲਦੇ ਰਹਿਣਾ ਬਿੱਪੂ ਵੀ ਮਾਸੀ ਬਿੱਪੂ ਨੇ ਵੀ ਲਾਇਆ ਉਹਨੂੰ ਯਾਦ ਕਰੀ ਜਾਂਦੇ ਕਿਹਨੂੰ ਕਿਹਦੇ ਮੁੰਡੇ ਦੀ ਗੱਲ ਕਰਨ ਲਈ ਇਹ ਛੋਟਾ ਨਾ ਇਹਦਾ ਵਜ਼ਨ ਘੱਟ ਆ ਬੜੀ ਮਾੜੀ ਕੀਤੀ ਤੇਰੇ ਨਾਲ ਦੇਖ ਤੂੰ ਆਉਂਦੀ ਸੀ ਕੀ ਤਾਂ ਚਲੀ ਜਾਂਦੀ ਬੰਦਾ ਕਹਿੰਦਾ ਆ ਮੈਂ ਤੇਰੇ ਪੇਕੇ ਲੈ ਜਾਵਾ ਇਹਨੂੰ ਇਹ ਵੀ ਮੇਰੇ ਹਿੱਸੇ ਦਾ ਨਾ ਖਾ ਜੇ ਕਿਤੇ ਕੁਛ ਏਦਾਂ ਦੀ ਵੈ ਚਾਚੇ ਨੂੰ ਨੀ ਖੜਿਆ ਜਿੱਦਾਂ ਤੈਨੂੰ ਸੁਲਾ ਨੀ ਮਾਰੀ ਤਾਂ ਚਾਚੇ ਨੂੰ ਨੀ ਮਾਰੀ ਤੈਨੂੰ ਸਾਰਿਆਂ ਦਾ ਪਤਾ ਦੀਦੀ ਨੇ ਵੀ ਨੀ ਜਾਣਾ ਪਾਪਾ ਨੇ ਵੀ ਨੀ ਜਾਣਾ ਜਾਣਾ ਕਹਿੰਦੇ ਆ ਕੱਲ ਅਸੀਂ ਜਾਣਾ ਇੱਕ ਜਨਮ ਦਿਨ ਤੇ ਇਹ ਲਿਸ਼ਕਣ ਡਿਆ ਸਾਂਭਿਆ ਭਾਜੀ ਦੀ ਮੋਟਰਸਾਈਕਲ ਘੱਟੇ ਨਾ ਭਰਿਆ ਤਾਂਹੀਓ ਮੈਂ ਘੱਲਿਆ ਵੀ ਭਾਜੀ ਡੈਣ ਲਿਸ਼ਕਾਉਣ ਨੂੰ ਨਾ ਲਿਸ਼ਕਾ ਦੇਣਾ ਨਾ ਉਹਨੂੰ ਵਿਚਾਰੇ ਸ਼ੌਂਕ ਮਹਿੰਗਾ ਪਿਆ ਘਾਟਾ ਉਹ ਘੱਟਾ ਹੀ ਬੜਾ ਚੜਿਆ ਹੋਣਾ ਉੱਥੇ ਦੇਤਾ ਹੀ ਦਾਜ ਚੜਾ ਲੈਣਾ ਉਹ ਨਹੀਂ ਦੇਣਾ ਵਾਪਸ ਦਾਜ ਦੇਤਾ ਹੀ ਕੁੜੀ ਨੂੰ ਹਾਂ ਹਾਂ
ਕਵਲ ਤੇਰਾ ਨਾਂ ਕੀ ਆ? ਤੇ ਕੀ ਆਂਦੇ ਤੈਨੂੰ ਲੋਕੀ? ਕਹਿੰਦੇ ਮੈਨੂੰ ਸਾਰੇ ਕਮਲ ਆਂਦੇ, ਮੇਰਾ ਨਾਂ ਹੈਗਾ ਕਵਲਦੀਪ ਕੌਰ। ਤੈਨੂੰ ਪਿਆਰ ਨਾਲ ਆਂਦੇ ਨਾ ਕਮਲ? ਮੇਰਾ ਕੀ ਸੂਟ ਬਣ ਲਿਆ? ਤੂੰ ਬਣਾ ਕੇ ਦੇਣ ਲੱਗੀ ਆ? ਬਣਾ ਦੀ ਫਿਰ। ਪੈਂਟ ਲਿਆਈ ਇੱਕ, ਫਾਰਮਲ ਜੀਨ ਦੀਆਂ ਮੇਰੇ ਕੋਲ ਹੈਗੀਆਂ, ਤੇ ਕਮੀਜ਼ ਲਿਆਈ, ਟੀ ਸ਼ਰਟਾਂ ਮੇਰੇ ਕੋਲ ਹੈਗੀਆਂ, ਤੇ ਪੱਗ ਲਿਆਈ ਇੱਕ। ਹੈਂ? 7 ਮੀਟਰ ਫੁੱਲ ਵੈਲ। ਬਸ ਬਸ ਨਹੀਂ ਨਹੀਂ ਬੜਾ ਨਾਲ ਮੇਰੀ ਮੰਮੀ ਦਾ ਲੈ ਆਈ ਫਿਰ, ਤੇ ਨਾਲ ਸਾਡੇ ਮਨਦੀਪ ਭਾਅ ਤੁਸੀਂ ਲਿਆਏ ਹੋਣੇ, ਅੱਜ ਆਏ ਲੀੜਾ ਲੱਤਾ। ਨਹੀਂ ਉਹ ਕਾਹਦਾ ਲਾ ਕੇ ਲਿਆਏ ਤੁਸੀਂ? ਉੱਥੋਂ ਤੁਸੀਂ ਗਏ ਹੋ ਲੈਣ, ਤੇ ਇੱਥੇ ਤੁਸੀਂ ਦੇਣ ਆਏ ਜੇ? ਆਹੋ ਹੁਣ ਚਾਚਾ ਉੱਠ ਪਿਆ ਲੀੜਿਆਂ ਦੇ ਨਾਂ ਤੋਂ। ਉਹ ਚੱਲ ਮੇਰਾ ਪਜਾਮਾ ਕੁੜਤਾ ਮੰਮੀ ਜੈਦਾਰ ਨੂੰ ਲਾ ਦੇਣ ਕਿਤੇ। ਨਹੀਂ ਹੁਣ ਕਵਲ ਨੇ ਕੱਪੜੇ ਲੈ ਕੇ ਦੇਣੇ। ਕਵਲ ਤੂੰ ਪੱਕਾ ਪ੍ਰੋਮਿਸ ਕੀਤਾ ਸੀ ਯਾਰ? ਠੀਕ ਹੈ ਚੱਲ ਠੀਕ ਹੈ, ਚੱਲ ਹੁਣ ਵੀਰ ਆਪਣੇ ਨੂੰ ਵੀ ਲੈ ਦੀ ਫਿਰ। ਨਹੀਂ ਮੈਂ ਸੀਤੇ ਸਪਾਹੇ ਲੈਣੇ, ਮੈਂ ਨੀ ਸੀਨ ਵਾਲੇ ਲੈਣੇ, ਮੈਂ ਸੀਨ ਸੂਨ ਕੇ ਨੀ। ਜੇ ਤੂੰ ਕਰਦੀ ਵੀ ਏਦਾਂ ਨਹੀਂ, ਜਿਹਦਾ ਸੂਟ ਫੜਦਾ ਇਹ ਚ ਕਾਂਸਰ ਹੀ ਭਾਵੇਂ ਆਪ ਵਿੰਗਾ ਸੀ ਦਿੰਦੀ ਹੋਵੇ। ਦੋ ਤਿੰਨ ਦੇਗਾ ਲਾਹ ਲਈਆਂ, ਜੇ ਤੱਕ ਹਲਵਾਈ ਦਾ ਹੱਥ ਨੀ ਸਿੱਧਾ ਹੁੰਦਾ। ਇਹਦਾ ਵੀ ਹਾਲ ਹੈ, ਜੋ ਤਿੰਨ ਸੂਟ ਸੀ ਨਾ ਲੈ ਕਾਂਸਰ ਨਹੀਂ ਨਿਕਲਦੀ। ਇਹ ਟੇਲਰ ਵੱਡੇ ਆ ਨਾ, ਫਿਰ 100-100 ਪੀਸ ਇੱਕੇ ਵਾਰੀ ਸੀ ਦਿੰਦੀ ਆ। ਮੰਮੀ ਸੁੱਖ ਹੋ ਜੂਗਾ, ਭਾਂਡੇ ਪਾ ਧੋ ਕੇ ਜਾਇਓ ਗਾ ਮੇਰੇ। ਮਾਸੀ ਮਾਸੀ ਤੇ ਬੰਦੀ ਗੱਲਾਂ ਹੀ ਆਉਣੀਆਂ ਦੋਵੇਂ। ਅੱਜ ਅੱਜ ਸੁਲਾਹ ਹੋ ਗਈ, ਅੱਜ ਦੋਵੇਂ ਅੱਜ ਅਸੀਂ ਦੋਵੇਂ ਅੱਜ ਅੱਜ ਅਸੀਂ ਜੇ ਦੋਵੇਂ ਨਾਕੇ ਰਲ ਕੇ ਤੁਹਾਨੂੰ ਸਾਰਿਆਂ ਨੂੰ ਗੁੱਠੇ ਲਾ ਦੇਣਾ ਸੀ। ਕੌਣ ਚੜਾਈ ਹੈ ਕਿ ਚੜੀ ਕਰ